ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਦੇਸੀ ਡੂਡ ਵਲੌਗਸ ਤੇ ਮੈਂ ਤੁਹਾਡਾ ਦੋਸਤ ਹੈਪੀ। ਸੋ ਤੁਸੀਂ ਟਾਈਟਲ ਤੋਂ ਅੰਦਾਜ਼ਾ ਲਾ ਹੀ ਲਿਆ ਹੋਣਾ ਕਿ ਇਹ ਵਲੌਗ ਕਿਸ ਰਿਗਾਰਡਿੰਗ ਆ। ਇਸ ਵਲੌਗ 'ਚ ਮੈਂ ਨਹੀਂ ਹੈਗਾ, ਮੇਰੇ ਘਰ ਦੇ ਹੋਣਗੇ। ਅਸੀਂ ਇੰਡੀਆ 'ਚ ਇੱਕ ਨਵਾਂ ਘਰ ਲਿਆ ਵਾ, ਸੋ ਉਹਦੀ ਇਨੋਗਰੇਸ਼ਨ ਸੀਗੀ ਅਤੇ ਅਨਫੋਰਚੁਨੇਟਲੀ ਮੈਂ ਉੱਥੇ ਜਾ ਨਹੀਂ ਪਾਇਆ ਕਿਉਂਕਿ ਕੋਵਿਡ ਕਰਕੇ ਸਾਨੂੰ ਜਾਣਾ ਅਲਾਓ ਨਹੀਂ ਆ। ਸੋ ਮੈਂ ਲਾਡੀ ਨੂੰ ਕਿਹਾ ਕਿ ਯਾਰ ਪਲੀਜ਼ ਤੂੰ ਇਹ ਪਲ ਜਿਹੜੇ ਹੈਗੇ ਨੇ ਸਾਡੇ ਲਈ ਤੂੰ ਰਿਕਾਰਡ ਕਰ ਦੇ, ਕਿਉਂਕਿ ਅਗਰ ਮੈਂ ਹੁੰਦਾ ਉੱਥੇ ਡੈਫੀਨੇਟਲੀ ਮੈਂ ਇਹ ਚੀਜ਼ ਰਿਕਾਰਡ ਕਰਨੀ ਸੀ, ਵਲੌਗ ਕਰਨੀ ਸੀ, ਪਰ ਹੁਣ ਨਹੀਂ ਜਾ ਸਕਦਾ ਅਤੇ ਥੋੜ੍ਹੀ ਜਿਹੀ ਦਿੱਕਤ ਆ। ਪਰ ਲਾਡੀ ਗਿਆ ਸੀ ਉੱਥੇ ਅਤੇ ਲਾਡੀ ਨੇ ਉਹ ਚੀਜ਼ ਰਿਕਾਰਡ ਕੀਤੀ ਆ ਮੇਰੇ ਕਹਿਣ 'ਤੇ। ਅਤੇ ਆਪਾਂ ਜਲਦ ਮਿਲਾਂਗੇ, ਕੁਛ 3-4 ਵੀਡੀਓਜ਼ ਬੈਕ ਟੂ ਬੈਕ ਇਨਫੋਰਮੇਸ਼ਨ ਵਾਲੀਆਂ ਮੈਂ ਲੈ ਕੇ ਆਊਂਗਾ। ਸੋ ਉਹਦੇ ਬਾਰੇ ਆਪਾਂ ਫਿਰ ਕਦੀ ਕਿਸੇ ਦਿਨ ਗੱਲ ਕਰਾਂਗੇ। ਚਲੋ ਓਵਰ ਟੂ ਯੂ ਲਾਡੀ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦੇਸੀ ਰੂਟ ਵਲੌਗਸ ਅਤੇ ਮੈਂ ਤੁਹਾਡਾ ਦੋਸਤ ਲਾਡੀ। ਅਤੇ ਅੱਜ ਮੈਂ ਖੜਿਆ ਹੈਗਾ ਸੈਕਟਰ 43 ਚੰਡੀਗੜ੍ਹ ਦੇ ਵਿੱਚ, ਅਤੇ ਆਪਾਂ ਜਾ ਰਹੇ ਹਾਂ ਹੈਪੀ ਭਾਅ ਜੀ ਦੇ ਘਰ। ਉਹਨਾਂ ਨੇ ਨਵਾਂ ਘਰ ਲਿੱਤਾ ਹੈ, ਘਰ ਪਾਠ ਰਖਾਇਆ ਹੋਇਆ ਹੈਗਾ, ਉੱਥੇ ਮੈਂ ਜਾ ਰਿਹਾ ਹੈਗਾ। ਤੁਹਾਨੂੰ ਉਹਨਾਂ ਦੇ ਪਰਿਵਾਰ ਨਾਲ ਵੀ ਮਿਲਾਊਂਗਾ ਅਤੇ ਘਰ ਵੀ ਦਿਖਾਊਂਗਾ ਜਿੰਨਾ ਕੁ ਮੇਰੇ ਤੋਂ ਹੋ ਸਕੇ। ਅਤੇ ਚਲੋ ਚੱਲਦੇ ਹਾਂ ਫਿਰ ਉਹਨਾਂ ਦੇ ਘਰ। ਹੈਪੀ ਭਾਅ ਜੀ ਦਾ ਘਰ ਮੈਂ ਪਹੁੰਚ ਚੁੱਕਿਆ ਜੀ। ਇਸ ਸਮੇਂ ਮੈਂ ਵੇਟ ਕਰ ਰਿਹਾ ਕੋਈ ਅੰਦਰੋਂ ਆਵੇ, ਕਿਉਂਕਿ ਮੇਰੀ ਸਾਰਿਆਂ ਨਾਲ ਜਨਮ ਪਛਾਣ ਨਹੀਂ ਹੈਗੀ ਅਤੇ ਨਾ ਮੈਨੂੰ ਸੰਗ ਜੀ ਲੱਗ ਰਹੀ ਹੈ ਤਾਂ ਕਰਕੇ। ਚਲੋ ਮੈਂ ਤੁਹਾਨੂੰ ਸਾਹਮਣੇ ਹੋ ਕੇ ਮਿਲਦਾ ਹੁਣ ਕੈਮਰੇ ਦੇ। ਜਿੰਨੀ ਰਾਵੇ ਆਸ ਪ੍ਰਭ ਤਿੰਨਾ ਭਾਗ ਮਨਾ। ਚੇਤ ਮਿਲਾਏ ਸ ਪ੍ਰਭੁ ਤਿਸ ਕੈ ਤਾਏ ਲਗਾ। ਵਾਹਿਗੁਰੂ ਜੀ ਕਾ ਖਾਲਸਾ। ਦਰ ਤੇ ਪ੍ਰਵਾਨ ਕਰਨ ਤਿਲ ਫੁੱਲ ਘਟਾਵਾ, ਦਰ ਤੇ ਪ੍ਰਵਾਨ ਕਰਨ ਮੈਂ ਬੋਲਿਆ ਸਭ ਕੁਛ ਜਾਣਦਾ ਜਾਗਰ ਪਿਚਰ ਦਾਸ ਦੇ ਮਹਾਂਵਤ ਅਨੁਸਾਰ ਸਤਿਗੁਰ ਦੀ ਸਾਰੀਆਂ ਸੰਗਤਾਂ ਦੀਆਂ ਦਿਲਾਂ ਦੀਆਂ ਜਾਣਦੀ ਹਨ। ਉਹ ਸਭ ਦੀਆਂ ਮਨੋਕਾਮਨਾ ਸਪੂਰਨ ਕਰਨ ਬਹੁਤ ਪੁੱਟ ਕੱਲ ਸਾਰਿਆਂ ਨੂੰ ਮੇਰੇ ਵੱਲੋਂ ਆ ਮੇਰੇ ਦੋਸਤ ਦੀ ਇਨੋਗ੍ਰੇਸ਼ਨ ਪਾਰਟੀ ਆ, ਸਾਰਿਆਂ ਨੂੰ ਬੁਲਾ ਰਿਹਾ। ਹਾਂਜੀ ਮਿਲਾਓ ਸਾਰਿਆਂ ਨਾਲ। ਹਾਂਜੀ ਆਓ। ਆਪਣਾ ਮਨਜੀਤ ਬੋਲਦੇ ਬਈ, ਕੁਛ ਬੋਲਣ ਦਾ ਮਨ ਹੋਤਾ। ਆਪਣਾ ਗੌਰਵ ਕਿੱਥੋਂ, ਗੌਰਵ ਕਿੱਥੋਂ ਬਿਲੋਂਗ ਕਰ ਰਹੇ ਹੋ? ਲੁਧਿਆਣਾ? ਨਹੀਂ ਨਹੀਂ ਪੱਟੀ ਬਿਲੋਂਗ, ਪਿੰਡ ਦੱਸ। ਮਲਕੀਤ ਨਾਲ ਤਾਂ ਮਿਲਾ ਦੀਏ ਯਾਰ। ਮਲਕੀਤ ਹੋਰ ਕੀ ਹਾਲ ਹੈ? ਆਹ ਬੰਦੇ ਨੇ ਬਹੁਤ ਮਿਹਨਤ ਕਰਾਈ ਹੈ, ਸਾਡੇ ਨਾਲ ਹੈਲਪ ਕਰਾਈ ਹੈ ਸਾਰੀ। ਆਓ ਉੱਪਰ ਆਓ।
C1 में मेरा था ना ये बंद हो गया, अभी कोई बटन दब गई है, मतलब अब नेट भी नहीं चल रहा ना, कहीं फोन भी नहीं जा रहा। अच्छा आजू आजू ऊपर ही सिम 2 चल रहा, सिम 2 में पैसे है नहीं, चलता ही नहीं सिम, सेटिंग में जाके हाँ तुम जादू दिखाने के ऊपर देखो सारे, वो केड़ा कलर देखो सामने वो भी दिखाना है, सारे जादू दिखाओ मेरे आज, इधर एक और चीज दिखाने का केड़ा बटन सी चल पे चल पे चल पे आ बंद हो गया चल एक दे हाँ नंबर चेंज हो रहे ने तेल तेल ना ला तेल होन होन की बस उन बंद हो गया बस है ना बंद हाँ होने बंद हो गया चंगी तरह बंद हो गया करके पता नहीं लेना मिले बहर तो शायद ब्लॉग के देखे हो चंडीगढ़ वाले ब्लॉग के ना, बट हैप्पी भाजी मैं काफ़ी बार आया क्योंकि चलो हजे थोड़ा थोड़ा निकल रही है ब्लॉगिंग अंदर आता नहीं है जी इन्ना कुछ करना, फिर भी असि स्पेशल तौर पर गलबात करावे तो घर का एक टूर जो सू देता अभी मतलब कि शायद तुम समझ सकते हो, बाकी जो हैप्पी भाजी है वह सू प्रोपर तरीके दिखाएंगे तो यह साड़ी ब्लॉगिंग सी चलो ठीक है हम देखते अगर की मिलता तो मूवी दिखावे, थैंक यू जी सारे पता हूँ नीचे जाके दिखाने कोई रस्म वगैरह जो कुछ भी होता पंजाबी घर डैडी हाँ जी भाजी हूँ फिर हूँ हूँ
हाँ जी, लगभग सारा प्रोग्राम हो गया। जो लेना देना होता है, जो भी रस्म रवाज होते, आप किसी में देना होता है जा लेना होंगे, जो भी किसी का जो जो हक बनता रिश्तेदार प्यार मुहब्बत वजो, वो सारा लगभग हो गया। तो हूँ लंच टाइम हो गया, तो सारे खाना खुना खा रहे हैं। बाकी तुम अगे दिखाने हैं, बाकी एक लक्की भाजी नाल उन्होंने मम्मी नाल डैडी नाल गलबात हूँ रहेगी, वो भी एक बार हल्की जी कराई देवे। सारे लोग जा रहे ने, बधाई भी लै रहे ने। इंटरव्यू लेना? अच्छा, इंटरव्यू ना ले, ओदा ही कर ला। तुम गल करी रिकॉर्ड कर लिया, बना लिया। हाँ, मूर्त चलेंगे।